ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈਗੀ ਹੈ ਉਹ ਸਾਂਝੀ ਕਰਨ ਲੱਗਿਆ ਹਾਂ। ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜੋ ਦਿਬੜੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ NSA ਅਧੀਨ, ਉਹਨਾਂ ਦੀ ਜੋ ਬੰਦ ਖਲਾਸੀ ਲਈ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਜੋ NSA ਨੂੰ ਚੈਲੰਜ ਕਰਨ ਵਾਲੀਆਂ ਜੋ ਰਿਟਾਂ ਦਾਇਰ ਕੀਤੀਆਂ ਗਈਆਂ ਨੇ, ਉਹਨਾਂ ਦੀ ਜੋ ਅਗਲੀ ਤਰੀਕ ਉਹ 5 ਫਰਵਰੀ 2024 ਪੈ ਚੁੱਕੀ ਹੈ। ਪਰ ਇੱਥੇ ਜੋ ਵਾਚਣ ਵਾਲੀ ਗੱਲ ਉਹ ਇਹ ਹੈਗੀ ਹੈ ਵੀ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਜੋ ਰਵੱਈਆ NSA ਕੇਸਾਂ ਨੂੰ ਲੈ ਕੇ ਉਹ ਬੜਾ ਜ਼ਿਆਦਾ ਨਿੰਦਣਯੋਗ ਰਿਹਾ। ਇਹਨਾਂ ਦੋਵਾਂ ਸਰਕਾਰਾਂ ਨੇ ਪਿਛਲੇ 8-9 ਮਹੀਨਿਆਂ ਤੋਂ ਜਦੋਂ ਤੋਂ ਇਹ ਕੇਸ ਦਾਇਰ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਪਹਿਲਾਂ ਸਮੇਂ ਸਿਰ ਜਵਾਬ ਨਾ ਦਾਇਰ ਕਰਕੇ ਫਿਰ ਵਾਰ ਵਾਰ ਤਰੀਕਾਂ ਲੈ ਕੇ, ਇਹਨਾਂ ਦੀ ਮਨਸ਼ਾ ਇਹੋ ਰਹੀ ਹੈ ਵੀ ਇਹਨਾਂ ਕੇਸਾਂ ਨੂੰ ਡਿਲੇ ਕੀਤਾ ਜਾਵੇ ਤਾਂ ਜੋ ਕਿ ਜੋ NSA ਵਾਲੀਆਂ ਰਿੱਟਾਂ ਨੇ ਇਨਫ੍ਰੈਕਚਰਸ ਹੋ ਜਾਣ, ਵਿਅਰਥ ਹੋ ਜਾਣ। ਕਿਉਂਕਿ 18 ਮਾਰਚ ਨੂੰ ਜੋ NSA ਦਾ 1 ਸਾਲ ਹੈ ਉਹ ਪੂਰਾ ਹੋਣ ਵਾਲਾ, ਫਿਰ ਜੋ ਸਰਕਾਰਾਂ ਚਾਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੋ ਉਹਨਾਂ ਦਾ ਐਵੀਡੈਂਸ ਹੈ ਫੈਕਟ ਸਾਈਡ ਤੇ ਉਹ ਬੜੇ ਜ਼ਿਆਦਾ ਕਮਜ਼ੋਰ ਨੇ, ਇਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਕੋਲ ਹੈ ਕੱਖ ਵੀ ਨਹੀਂ, ਤਾਂ ਇਸੇ ਮਨਸ਼ਾ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਇਹ ਸਰਕਾਰਾਂ ਚੱਲ ਰਹੀਆਂ ਨੇ। ਇਹਨਾਂ ਗੱਲਾਂ ਤੇ ਗੌਰ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ। ਇਹੋ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।